ਬਲਵੰਤ ਸਿੰਘ ਮਲਤਾਨੀ ਮਾਮਲੇ ਵਿੱਚ ਸੁਮੇਧ ਸੈਣੀ ਲਈ ਹੁਣ ਸਭ ਦਰਵਾਜ਼ੇ ਬੰਦ ਹੋਣ ਲੱਗੇ ਹਨ ਅਤੇ ਹਵਾਲਾ ਦਾ ਦਰਵਾਜ਼ਾ ਖੁੱਲਣ ਲੱਗਾ ਹੈ ਧਾਰਾ 302 ਲੱਗਣ ਤੋਂ ਬਾਅਦ ਗ੍ਰਿਫਤਾਰੀ ਦੀ ਲਟਕੀ ਤਲਵਾਰ ਦੌਰਾਨ ਸੁਮੇਧ ਸੈਣੀ ਦੀਆਂ ਅਦਾਲਤ ਵਿੱਚ ਮਾਰੀਆਂ ਟੱਕਰਾਂ ਵੀ ਕੰਮ ਨਹੀਂ ਆਈਆਂ ਅਤੇ ਮੁਹਾਲੀ ਅਦਾਲਤ ਨੇ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਤੇ ਖੁਦ ਨੂੰ ਫੰਨੇਖਾਂ ਸਮਝਦੇ ਇਸ ਸਾਬਕਾ ਪੁਲਿਸ ਅਫਸਰ ਲਈ ਵੱਡਾ ਝਟਕਾ ਹੈ ਤੇ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਸੈਣੀ ਦੇ ਠਿਕਾਣਿਆਂ ਤੇ ਛਾਪੇ ਮਾਰਨ ਦੀ ਤਿਆਰੀ ਹੈ ਬੋਹਾਲੀ ਕੋਰਟ ਨੇ ਡੀਜੀਪੀ ਸੁਬੇਦ ਸੈਣੀ ਨੂੰ ਵੱਡਾ ਝਟਕਾ ਦਿੰਦੇ ਹ ਉਸਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੋਢੋਂ ਹੀ ਰੱਦ ਕਰ ਦਿੱਤਾ ਹੈ ਸੈਣੀ ਨੇ ਕੁਝ ਦਿਨ ਪਹਿਲਾਂ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਧਾਰਾ 302 ਵਿੱਚ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਸੀ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਪੇਸ਼ ਸਿੰਘ ਨਰੂਲਾ ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਪੀੜਤ ਪਰਿਵਾਰ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸੈਣੀ ਖਿਲਾਫ ਗੰਭੀਰ ਦੋਸ਼ ਹਨ ਲਿਹਾਜ਼ਾ ਕਿਸੇ ਵੀ ਸੂਰਤ ਵਿੱਚ ਮੁਲਜ਼ਮ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਸਿਰਨ ਰੂਲਾ ਨੇ ਕਿਹਾ ਕਿ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁਸ਼ਗਿਸ਼ ਕਰਨੀ ਬਣਦੀ ਹੈ ਕਿਉਂਕਿ ਕੇਸ ਦਰਜ ਹੋਣ ਮਗਰੋਂ ਸਾਬਕਾ ਡੀਜੀਪੀ ਨੇ ਪੁਲਿਸ ਨੂੰ ਜਾਂਚ ਵਿੱਚ ਕਿਸੇ ਵੀ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਉਧਰ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ 29 ਸਾਲ ਪੁਰਾਣਾ ਮਾਮਲਾ ਹੈ ਪਹਿਲਾਂ ਸੀਬੀਆਈ ਨੇ ਵੀ ਐਫਆਈਆਰ ਰੱਦ ਕੀਤੀ ਸੀ ਕਿਉਂਕਿ ਕੇਂਦਰੀ ਜਾਂਚ ਏਜੰਸੀ ਸੈਣੀ ਖਿਲਾਫ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਲਿਹਾਜ਼ਾ ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਦਰਜ ਕੇਸ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ ਹੁਣ ਪੰਜਾਬ ਪੁਲਿਸ ਨੇ ਲੰਬੇ ਅਰਸੇ ਬਾਅਦ ਕੇਸ ਦਰਜ ਕੀਤਾ ਹੈ ਉਹਨਾਂ ਸਾਬਕਾ ਡੀਜੀਪੀ ਨੂੰ ਪੱਕੀ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ ਅਦਾਲਤ ਨੇ ਦੋਹਾਂ ਤਰਾਂ ਦੀਆਂ ਦਲੀਲਾਂ ਤੇ ਗੌਰ ਕਰਦਿਆਂ ਸਾਬਕਾ ਡੀਜੀਪੀ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਇਹ ਕਹਿੰਦਿਆਂ ਮੋਢੋਂ ਹੀ ਰੱਦ ਕਰ ਦਿੱਤਾ ਕਿ ਸੈਣੀ ਖਿਲਾਫ ਬਹੁਤ ਹੀ ਗੰਭੀਰ ਕਿਸਮ ਦੇ ਦੋਸ਼ ਹਨ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਅਤੇ ਸਾਬਕਾ ਡੀਜੀਪੀ ਤੋਂ ਪੁੱਛਗੈ ਜਰੂਰੀ ਹੈ ਇਸ ਲਈ ਸੈਣੀ ਦੀ ਜ਼ਮਾਨਤ ਕਿਸੇ ਵੀ ਸੂਰਤ ਵਿੱਚ ਮਨਜ਼ੂਰ ਨਹੀਂ ਕੀਤੀ ਜਾ ਸਕਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਹੁਣ ਸਾਬਕਾ ਡੀਜੀਪੀ ਦੀ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ ਅਦਾਲਤੀ ਫੈਸਲੇ ਮਗਰੋਂ ਮੁਹਾਲੀ ਪੁਲਿਸ ਅਤੇ ਸਿੱਟ ਮੈਂਬਰਾਂ ਨੇ ਸੈਣੀ ਦੀ ਗ੍ਰਿਫਤਾਰੀ ਲਈ ਸਿਰ ਜੋੜ ਕੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ ਉਧਰ ਇਹਨਾਂ ਤਮਾਮ ਇਲਜ਼ਾਮਾਂ 'ਚ ਕਿਰੇ ਸੈਣੀ ਨੇ ਮੁਹਾਲੀ ਦੇ ਮਟੌਰ ਥਾਣੇ ਵਿੱਚ ਆਪਣੇ ਖਿਲਾਫ ਅਪਰਾਧਿਕ ਕੇਸ ਨੂੰ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ ਸੈਣੀ ਨੇ ਆਪਣੀ ਜਪਰੇਸ਼ਨ 'ਚ ਦਲੀਲ ਦਿੱਤੀ ਹੈ ਕਿ ਕੇਸ 29 ਸਾਲ ਪੁਰਾਣਾ ਹੈ ਇਸ ਸਬੰਧੀ ਸੀਬੀਆਈ ਵੀ ਆਪਣੀ ਜਾਂਚ ਕਰ ਚੁੱਕੀ ਹੈ ਪਰ ਉਹ ਵੀ ਸੁਪਰੀਮ ਕੋਰਟ ਵਿੱਚ ਠੋਸ ਸਬੂਤ ਪੇਸ਼ ਨਹੀਂ ਕਰ ਸਾ ਕੀ ਸੋ ਸੁਪਰੀਮ ਕੋਰਟ ਨੇ ਕਿਸ ਕੇਸ ਨੂੰ ਮੁੱਢੋਂ ਹੀ ਖਾਰਜ ਕੀਤਾ ਸੀ ਪਰ ਹੁਣ ਸਿਆਸੀ ਸਾਜ਼ਿਸ਼ ਤਹਿਤ ਇਸ ਕੇਸ ਦੀਆਂ ਫਾਈਲਾਂ ਮੁੜ ਖੋਲੀਆਂ ਗਈਆਂ ਹਨ ਪਰ ਹੁਣ ਸੈਣੀ ਲੱਗਦਾ ਹੈ ਇਹ ਭੁੱਲ ਰਿਹਾ ਹੈ ਕਿ ਉਸ ਦੇ ਖਿਲਾਫ ਠੋਕ ਠੋਕ ਕੇ ਗਵਾਹੀਆਂ ਉਸ ਦੇ ਸੰਗੀ ਸਾਥੀ ਰਹੇ ਪੁਲਿਸ ਵਾਲਿਆਂ ਨੇ ਹੀ ਦਿੱਤੀਆਂ ਹਨ ਅਦੇ ਉਸ ਦੇ ਗੁਨਾਹਾਂ ਦੀ ਗਾਗਰ ਇਸ ਪੱਧਰ ਤੱਕ ਪਾਰ ਚੁੱਕੀ ਹੈ ਕਿ ਕੇਸ ਚਾਹੇ 29 ਸਾਲ ਪੁਰਾਣਾ ਹੈ ਹੁਣ ਇਸ ਤੋਂ ਬਚਣਾ ਮੁਸ਼ਕਲ ਹੈ ਜ਼ਿਕਰ ਖਾਸ ਹੈ ਕਿ ਬਲਵੰਤ ਸਿੰਘ ਮਲਤਾਨੀ ਨੂੰ 90 ਦੇ ਦਹਾਕੇ ਵਿੱਚ ਮੁਹਾਲੀ ਵਿੱਚ ਉਹਨਾਂ ਦੀ ਰਿਹਾਈ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਦਿੱਲੀ ਪੁਲਿਸ ਦੇ ਦੋ ਸਾਬਕਾ ਇਸ ਫੈਕਟਰ D ਗਵਾਹੀ ਦੇ ਆਧਾਰ ਤੇ ਸੈਣੀ ਦੇ ਖਿਲਾਫ ਧਾਰਾ 302 ਜੋੜੀ ਗਈ ਹੈ। ਚੰਡੀਗੜ੍ਹ ਪੁਲਿਸ ਦੇ ਸਾਬਕਾ ਇੰਸਪੈਕਟਰਾਂ ਨੇ ਖੁਦ ਕਬੂਲਿਆ ਹੈ ਆਦੇ ਵਾਅਦਾ ਮੁਆਫਕਵਾ ਬਣ ਕੇ ਅਦਾਲਤ ਵਿੱਚ ਆਪਣੀ ਗਵਾਹੀ ਦਰਜ ਕਰਵਾਈ ਹੈ ਕਿ ਬਲਵੰਤ ਸਿੰਘ ਮਲਤਾਨੀ ਦਾ ਕਤਲ ਪੁਲਿਸ ਹਿਰਾਸਤ ਵਿੱਚ ਹੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਕਹਾਣੀ ਘੜੀ ਗਈ ਕਿ ਉਹ ਕਾਦੀਆਂ ਕੋਲ ਜਾਂਦਿਆਂ ਫਰਾਰ ਹੋ ਗਿਆ। ਫਿਲਹਾਲ ਉਨ੍ਹਾਂ ਇਸ ਮਾਮਲੇ ਵਿੱਚ ਸੈਣੀ ਦੇ ਖਿਲਾਫ ਧਾਰਾ 302 ਦੇ ਤਹਿਤ ਕੇਸ ਦਰਜ ਹੋ ਚੁੱਕਾ ਹੈ ਜਿਸ ਦੇ ਤਹਿਤ ਉਸ ਦੀ ਗ੍ਰਿਫਤਾਰੀ ਹੋਣਾ ਲਾਜ਼ਮੀ ਬਣਦੀ ਹੈ। ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ